ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਅੱਜ ਦੀ ਕਹਾਣੀ ਹੈ ਜੜਾਂ ਲੇਖਕ ਕਿਰਪਾਲ ਕਜਾਕ ਜਿੱਥੇ ਕਿਤੇ ਵੀ ਗੱਡੀ ਖੜਦੀ ਮਾਂ ਹੁੱਬ ਕੇ ਪੁੱਛਦੀ ਕਿੱਥੇ ਕੋ ਆ ਗਏ ਪੁੱਤ ਤੇ ਮੈਂ ਕੁਝ ਤਲਖ ਹੋ ਕੇ ਸਟੇਸ਼ਨ ਦੱਸ ਦਿੰਦਾ ਘਰੋਂ ਤੁਰਦਿਆਂ ਮੈਂ ਬੜੇ ਜਾਬਤ ਵਿੱਚ ਸਾਂ ਪਰ ਮਾਂ ਦੇ ਇੱਕੋ ਗੱਲ ਵਾਰ-ਵਾਰ ਪੁੱਛਣ ਤੇ ਮੈਂ ਤਲਖ ਹੋ ਗਿਆ ਸਾਂ ਥੋੜੀ ਦੇਰ ਪਹਿਲਾਂ ਤਾਂ ਹੱਦ ਹੀ ਹੋ ਗਈ ਸੀ ਪਿਛਲੇ ਕੋਈ ਸਟੇਸ਼ਨਾਂ ਤੋਂ ਤੰਮਣੀ ਸੀਟ ਤੇ ਦੋ ਸ਼ੈਰੀ ਜਈਆਂ ਕੁੜੀਆਂ ਆ ਕੇ ਬੈਠ ਗਈਆਂ ਤਾਂ ਮੈਂ ਕੁਝ ਰਾਹਤ ਜਿਹੀ ਮਹਿਸੂਸ ਕੀਤੀ ਸੀ ਪਰ ਕੁੜੀਆਂ ਜਦੋਂ ਬਿਨਾਂ ਰੁਕੇ ਗੱਲਾਂ ਦਾ ਅੰਗਰੇਜ਼ੀ ਵਿੱਚ ਕਚੀਰਾ ਹੀ ਕਰਨ ਲੱਗੀਆਂ ਤਾਂ ਮਾਂ ਸੁੰਗੜ ਕੇ ਬੈਠ ਗਈ ਸੀ ਫਿਰ ਹੌਲੇ ਜਿਹੇ ਬੋਲੀ ਸੀ ਪੁੱਤ ਤੇਰੀ ਬਹੂ ਦੇ ਮੌਲਖ ਦੀਆਂ ਸੁਣਦੇ ਮੇਰੇ ਅੰਦਰੋਂ ਕੋਈ ਕੜੱਕ ਕਰਕੇ ਟੁੱਟਿਆ ਸਾਹਾਂ ਵਿੱਚ ਧੂਆ ਜਿਹਾ ਫੈਲ ਗਿਆ ਤੇ ਮੈਂ ਇੱਕ ਤਰ੍ਹਾਂ ਬੁੱਝ ਜਿਹਾ ਗਿਆ ਪਰ ਇਸ ਤੋਂ ਪਹਿਲਾਂ ਕੀ ਕੁਝ ਹੋਰ ਵਾਪਰਦਾ ਮੈਂ ਮਾਂ ਨੂੰ ਨੀਂਦਰ ਦੀ ਗੋਲੀ ਦੇ ਕੇ ਦਵਾਲੇ ਲੀੜਾ ਘਟ ਦਿੱਤਾ ਉਂਝ ਮੈਂ ਜਾਣਦਾ ਸੀ ਇਸ ਗੋਲੀ ਦਾ ਕੋਈ ਅਸਰ ਨਹੀਂ ਸੀ ਹੁਣ ਪਰ ਮਾਂ ਇਉਂ ਪਾਸਾ ਵਟ ਕੇ ਪੈ ਗਈ ਜਿਵੇਂ ਸੱਚਮੁੱਚ ਸੌਂ ਗਈ ਹੋਵੇ ਪਿਛਲੇ ਕੁਝ ਵਰਿਆਂ ਤੋਂ ਇੰਜ ਹੀ ਹੁੰਦਾ ਸੀ ਅਸੀਂ ਮੀਆਂ ਬੀਵੀ ਚਾਹੁੰਦੇ ਤਾਂ ਮਾਂ ਜਾਗਦਿਆਂ ਵੀ ਸੌਂ ਜਾਂਦੀ ਨਾ ਚਾਹੁੰਦੇ ਤਾਂ ਉਹ ਸੁੱਤੇ ਪਿਆ ਵੀ ਜਾਗਦੀ ਰਹਿੰਦੀ ਮਾਂ ਦੇ ਇਸ ਬਦਲੇ ਹੋਏ ਰਵੱਈਏ ਨੇ ਜਿੱਥੇ ਮੇਰੀ ਪਤਨੀ ਸ਼ੈਲੀ ਨੂੰ ਖੁਸ਼ ਕੀਤਾ ਸੀ ਉਥੇ ਮੈਨੂੰ ਉਦਾਸ ਅਤੇ ਪਰੇਸ਼ਾਨ ਕਰ ਦਿੱਤਾ ਸੀ ਸ਼ਾਇਦ ਇਹੋ ਕਾਰਨ ਸੀ ਕਿ ਕੁਝ ਮਹੀਨੇ ਪਹਿਲਾਂ ਹੀ ਮਾਂ ਨੂੰ ਚਾਈ ਚਾਈ ਪਿੰਡੋਂ ਸ਼ਹਿਰ ਲੈ ਕੇ ਆਉਣ ਵਾਲਾ ਮੈਂ ਅੱਜ ਭਰੇ ਹੋਏ ਮਾਂ ਨਾਲ ਪਿੰਡ ਪਰਤ ਰਿਹਾ ਹਾਂ ਮਾਂ ਦੀ ਇਹ ਹਲੀਮੀ ਮੇਰੇ ਕੱਚ ਭਰ ਦਿੰਦੀ ਹੁਣ ਵੀ ਮੇਰਾ ਮਨ ਭਰ ਆਇਆ ਸੀ ਮਾਂ ਭਾਵੇਂ ਦੂਜੇ ਪਾਸੇ ਮੂੰਹ ਕਰਕੇ ਪੈ ਗਈ ਸੀ ਪਰ ਮੈਨੂੰ ਲੱਗਾ ਉਹ ਮੈਨੂੰ ਵੇਖ ਰਹੀ ਸੀ ਇੱਕਾ ਇੱਕ ਮੇਰਾ ਗੱਜ ਭਰ ਆਇਆ ਤੇ ਮੈਂ ਅਣਕ ਸਾਫ ਕਰਨ ਦੇ ਪੱਜ ਅੱਖਾਂ ਦੀ ਨਮੀ ਸੋਖ ਲਈ ਮਾਂ ਪ੍ਰਤੀ ਮੇਰਾ ਇਹ ਲਗਾਓ ਵੇਖ ਸ਼ੈਲੀ ਮੱਚਣ ਲੱਗਦੀ ਮਾਂ ਲਈ ਤਾਂ ਬੱਕ ਬੱਕ ਅਥਰੂ ਡੋਲਦੇ ਮੇਰੇ ਲਈ ਹੋਂਕਾ ਵੀ ਮੁੱਲ ਦਾ ਉਹ ਚੀਕ ਕੇ ਗੱਲ ਸ਼ੁਰੂ ਕਰਦੀ ਤੇ ਛੇਤੀ ਹੀ ਛਤਨੀ ਜਾ ਚੜਦੀ ਕਦੇ ਕਦਾਈ ਮੈਨੂੰ ਸ਼ੈਲੀ ਦਾ ਇਹ ਗਿਲਾ ਜਾਇਜ਼ ਵੀ ਲੱਗਦਾ ਮੈਂ ਮਹਿਸੂਸ ਕਰਦਾ ਮਾਂ ਪ੍ਰਤੀ ਮੇਰਾ ਇਹ ਮੋਹ ਇੱਕ ਸੀਮਾ ਦੀ ਮੰਗ ਕਰਦਾ ਸੀ ਪਰ ਸ਼ੈਲੀ ਜਦੋਂ ਇਸ ਮੋਦੀ ਸੀਮਾ ਨੂੰ ਦੌਲਤ ਦੀ ਦ੍ਰਿਸ਼ਟੀ ਤੋਂ ਦੇਖਣ ਲੱਗਦੀ ਤਾਂ ਮੈਨੂੰ ਉਹਦੇ ਸੰਸਕਾਰਾਂ ਦੇ ਤਰਸ ਆਉਂਦਾ ਜਿੰਨਾ ਵਿੱਚ ਉਹ ਜੰਮੀ ਪਈ ਸੀ ਪਰ ਕੋਈ ਉਸਤੇ ਤਰਸ ਕਰੇ ਇਹ ਉਹਦੇ ਲਈ ਮਰਨ ਵਾਲੀ ਗੱਲ ਸੀ ਅਬਾ ਤਬਾ ਬੋਲਦੀਆਂ ਕਰ ਸਿਰ ਤੇ ਚੱਕ ਲੈਂਦੀ ਪਹਿਲਾਂ ਪਹਿਲ ਮੈਂ ਸੋਚਦਾ ਸ਼ਾਇਦ ਸ਼ੈਲੀ ਦਾ ਗੁੱਸਾ ਹੀ ਮੇਰੇ ਵੱਸ ਵਿੱਚ ਨਹੀਂ ਸੀ ਪਰ ਜਦੋਂ ਸਾਡੇ ਦੋਹਾਂ ਵਿਚਾਲੇ ਨਿੱਕੀ ਨਿੱਕੀ ਗੱਲ ਤੇ ਵੱਡਾ ਤਣਾਅ ਹੋ ਮਾਂ ਨੂੰ ਵੀ ਵਿਚ ਲਪੇਟ ਲੈਂਦਾ ਤਾਂ ਮੈਨੂੰ ਲੱਗਦਾ ਹੋਰ ਵੀ ਬਹੁਤ ਕੁਝ ਸੀ ਜੋ ਮੇਰੇ ਵੱਸ ਵਿੱਚ ਨਹੀਂ ਸੀ ਵੱਸ ਵਿੱਚ ਹੁੰਦਾ ਤਾਂ ਮੈਂ ਸ਼ੈਲੀ ਨਾਲ ਵਿਆਹ ਹੀ ਕਿਉਂ ਕਰਵਾਉਂਦਾ ਚਲੋ ਵਿਆਹ ਕਰਵਾ ਲਿਆ ਤਾਂ ਉਹਦੇ ਮੀਰ ਪਿਓ ਵੱਲੋਂ ਖਰਾਏ ਦੇ ਵਜੋਂ ਮਿਲੀ ਨੌਕਰੀ ਹੀ ਨਾ ਸਵੀਕਾਰ ਕਰਦਾ ਇਸ ਗੱਲ ਦੇ ਬਾਵਜੂਦ ਕਿ ਮਾਂ ਨੇ ਸਿਰੋਂ ਨੰਗੀ ਹੋਣ ਤੇ ਵੀ ਮੇਰੀ ਹਰ ਇੱਛਾ ਦਾ ਨੰਗ ਟਕਿਆ ਸੀ ਭੁੱਖੀ ਧਹੀ ਰਹਿ ਕੇ ਵੀ ਮੇਰੀ ਪੋਟ ਵਿੱਚ 4 ਡਿਗਰੀਆਂ ਦਾ ਚੋਗਾ ਕੱਤਿਆ ਸੀ ਤੇ ਇੱਕ ਮੈਂ ਜਿਸ ਮਜਬੂਰੀਆਂ ਦਾ ਵਾਸਤਾ ਪਾ ਕੇ ਪਹਿਲਾਂ ਅਮੀਰ ਨਾਲ ਵਿਆਹ ਕਰਵਾ ਲਿਆ ਤੇ ਫਿਰ ਜਿੱਥੇ ਦਾਣਾ ਪਾਣੀ ਲਿਖਿਆ ਦਿਓਟ ਲੈ ਕੇ ਸ਼ਹਿਰ ਨੌਕਰੀ ਕਰਨ ਤੋਰ ਆਇਆ ਸਿਰਫ ਸ਼ੈਲੀ ਦੀ ਇੱਛਾ ਕਰਕੇ ਹੀ ਕਿਉਂਕਿ ਉਹਨੇ ਕਿਹਾ ਸੀ ਉਸ ਦੀਆਂ ਜੜ੍ਹਾਂ ਫੈਲਣ ਲਈ ਪਿੰਡ ਦੀ ਮਿੱਟੀ ਕਾਫੀ ਨਹੀਂ ਸੀ ਤੇ ਫਿਰ ਪਿੰਡ ਦੇ ਨੀਵੇਂ ਅਤੇ ਕੱਚੇ ਬਨੇਰਿਆਂ ਤੋਂ ਕਿਸੇ ਵੱਡੀ ਉਡਾਨ ਲਈ ਕਿਵੇਂ ਪਰਵਾਜ਼ ਭਰੀ ਜਾ ਸਕਦੀ ਸੀ ਪਰ ਮੈਂ ਸੋਚਦਾ ਮਾਂ ਦੀ ਇੱਛਾ ਕਿੱਥੇ ਸੀ ਜਿਹੜੀ ਮੇਰੇ ਜਵਾਨ ਹੋਣ ਤੱਕ ਇੱਕੋ ਗੱਲ ਦਾ ਰੌਂਦੀ ਰਹੀ ਅਸਰ ਬਣੂ ਮੇਰਾ ਪੁੱਤ ਰਾਜ ਕਰਾਉ ਮਾਂ ਨੂੰ ਆਖਰ ਬੰਦੇ ਦੇ ਹੀ ਅੰਸ਼ ਹੈ ਜੇ ਮਾਂ ਦੀਆਂ ਅੰਦਰਾਂ ਠੰਡੀਆਂ ਕਰੂੰ ਤਾਂ ਹੀ ਪਿਓ ਦਾ ਸਿਵਾ ਠੰਡਾ ਹੋ ਮਾੜੀ ਔਲਾਦ ਤਾਂ ਕਹਿੰਦੇ ਬੰਦੇ ਦੀ ਗਤੀ ਨਹੀਂ ਹੋਣ ਦਿੰਦੀ ਮੈਂ ਤੜਪ ਕੇ ਸੋਚਦਾ ਮਾਂ ਕਦੇ ਇਸ ਗੱਲ ਨੂੰ ਹੁਣ ਕਿਉਂ ਨਹੀਂ ਸਿੱਧਾ ਰੌਂਦੀ ਇੱਕ ਦਿਨ ਮੈਂ ਖਿਜ ਕੇ ਕਿਹਾ ਮਾਂ ਮੈਂ ਪਾਟ ਲੈ ਕੇ ਆਂ ਵਿਆਹ ਆ ਵਰਿਆਂ ਸ਼ਹਿਰ ਨੌਕਰੀ ਕਰਦਾ ਹੁਣ ਤਾਂ ਆਪਣੇ ਪੁੱਤ ਨੂੰ ਅਸਰ ਸਮਝ ਲੈ ਖਰਾ ਪੁੱਤ ਜੰਮ ਜੰਮ ਸਮਝੂ ਪਰ ਉਦੋਂ ਪੁੱਤ ਜਿੱਦੈ ਤੈਨੂੰ ਪਿੰਡ ਨਿਉ ਨਿਉ ਸਲਾਮਾ ਕਰੂ ਪਰ ਪੁੱਤ ਤੈ ਤਾਂ ਜੜਾ ਹੀ ਕਿਧਰੇ ਹੋਰ ਜਾ ਲਾਈਂਆ ਫਿਰ ਪੁੱਤ ਮਾਂ ਪੇ ਲਈ ਤਾਂ ਧੀਆਂ ਪੁੱਤ ਜਾਂਦੇ ਹੀ ਅਫਸਰ ਹੁੰਦੇ ਆ ਤੇ ਮਾਂ ਨਾ ਚਾਹੁੰਦੇ ਵੀ ਮੂੰਹ ਟਾਕੇ ਰੋਣ ਲੱਗ ਪਈ ਸੀ ਪਰ ਮੈਂ ਇਥੋਂ ਤਾਂ ਮਾਂ ਲਈ ਰੋਣਾ ਛੱਡ ਹੋਂਕਾ ਵੀ ਨਹੀਂ ਸੀ ਸਰਿਆ ਉੰਜ ਮੇਰੇ ਹੋਂਕਿਆਂ ਨੇ ਮਾਂ ਦਾ ਸਵਾਰਨਾ ਵੀ ਕੀ ਸੀ ਮਾਂ ਕੋਲ ਤਾਂ ਪਹਿਲਾਂ ਹੀ ਹੋਂਕੇ ਬਹੁਤ ਸਨ ਕਦੇ ਮੈਂ ਸੋਚਦਾ ਪਿਤਾ ਦੀ ਮੌਤ ਤੇ ਮੇਰੇ ਸ਼ਹਿਰ ਚਲੇ ਆਉਣ ਪਿੱਛੋਂ ਮਾਂ ਕੋਲੇ ਹੋਂਕੇ ਹੀ ਤਾਂ ਸਨ ਨਹੀਂ ਉਮਰ ਦੀ ਨਿਸ਼ਟਾ ਨਾ ਉਹਨੂੰ ਕੀ ਮਿਲਿਆ ਵਰੇ ਸ਼ਮਾਹੀ ਲੈ ਕੇ ਦਿੱਤੇ ਚਾਰ ਢੀੜੇ ਫੋਕੇ ਦਲਾਸੇ ਜਾਂ ਮੇਰੇ ਤੇ ਸ਼ਹਿਰੀ ਵਿਚਾਲੇ ਨਿੱਤਵਾਦ ਦਾ ਜ਼ਹਿਰ ਇਹ ਜ਼ਹਿਰ ਸ਼ਾਇਦ ਵਾਦ ਦਾ ਹੀ ਚਲਿਆ ਜਾਂਦਾ ਜੇ ਸ਼ੈਲੀ ਨੂੰ اچانک ਮਾਂ ਦੀ ਲੋਟ ਨਾ ਪੈਂਦੀ ਸੁਣ ਕੇ ਮੈਂ ਹੈਰਾਨ ਹੋਇਆ ਮਾਂ ਤਾਂ ਸ਼ੈਲੀ ਨੂੰ ਹੁੱਟੀ ਅੱਖ ਨਹੀਂ ਸੀ ਪਾਉਂਦੀ ਫੇਰ ਇਹ ਚਾਹਤ ਕਿਸੀ ਪਿੱਛੋਂ ਪਤਾ ਲੱਗਾ ਸ਼ੈਲੀ ਖੁਦ ਮਾਂ ਬਣਨ ਵਾਲੀ ਸੀ ਮੈਨੂੰ ਹੈਰਾਨੀ ਅਤੇ ਖੁਸ਼ੀ ਹੋਈ ਹੈਰਾਨੀ ਇਸ ਗੱਲ ਦੀ ਸੀ ਕਿ ਸ਼ੈਲੀ ਬੱਚਾ ਜੰਮਣ ਨੂੰ ਫਾਲਤੂ ਦਾ ਝੰਝੜ ਸਮਝਦੀ ਸੀ ਉਹ ਕਹਿੰਦੀ ਏ ਕਿੱਧਰ ਦਾ ਇਨਸਾਫ ਏ ਕਿ ਬੱਚਾ ਮਾਂ ਜੰਮੇ ਤੇ ਪੀੜੀ ਪੀੜੀ ਪਿਓ ਦੀ ਤੁਰੇ ਉਤੋਂ ਫਿਗਰ ਦਾ ਨਾਸ਼ ਖੁਸ਼ੀ ਇਸ ਗੱਲ ਦੀ ਸੀ ਕਿ ਇੱਕ ਦਿਨ ਕਹਿਣ ਲੱਗੀ ਕੁਝ ਵੀ ਹੈ ਤੀਵੀ ਦੀ ਜੜਾਂ ਲੱਗਣ ਲਈ ਮਾਂ ਬਣਨਾ ਜ਼ਰੂਰੀ ਹੈ ਮੈਂ ਸ਼ੈਲੀ ਦੇ ਇਸ ਅਚਾਨਕ ਬਦਲਾਅ ਤੇ ਬਹਿਸ਼ ਕਰਨੀ ਚਾਹੁੰਦਾ ਸਾਂ ਪਰ ਇਹ ਸੋਚ ਕੇ ਚੁੱਪ ਕਰ ਗਿਆ ਕਿ ਕੀ ਪਤਾ ਇਸ ਬੱਚੇ ਦੀ ਆਮਦ ਹੀ ਮੇਰੀ ਸ਼ੈਲੀ ਅਤੇ ਮਾਂ ਵਿਚਾਲੇ ਕੋਈ ਚੌਥੀ ਕੋਣ ਸਿਰਜ ਕੇ ਕਿਸੇ ਮੋਹ ਦੀ ਜੜ ਲਾ ਦੇਵੇ ਪਰ ਹੋਇਆ ਇਸ ਤੋਂ ਬਿਲਕੁਲ ਉਲਟ ਉਧਰ ਸ਼ੈਲੀ ਦੀ ਕੁੱਖ ਵਿੱਚ ਚਾਨਣ ਦਾ ਬੀਜ ਪੁੰਗ ਰਿਹਾ ਇਧਰ ਪਿੰਡ ਦੇ ਵਿੱਚੋਂ ਮਾਂ ਦੀਆਂ ਜੜਾਂ ਹੀ ਖੁੱਗੀਆਂ ਗਈਆਂ ਦੇਖੋ ਬੱਚਾ ਚਾਹੀਦਾ ਤਾਂ ਪਿੰਡ ਮਾਂ ਨੂੰ ਲੈ ਕੇ ਆਓ ਜਾਂ ਨੌਕਰ ਰੱਖ ਦਿਓ ਤੀਜੇ ਮਹੀਨੇ ਦੀ ਗਰਭਵਤੀ ਸ਼ੈਲੀ ਨੇ ਇੱਕ ਤਰ੍ਹਾਂ ਦੀ ਖਿੱਚ ਦਿੱਤੀ ਨੌਕਰ ਰੱਖਣ ਦਾ ਮਤਲਬ ਸੀ ਉਹਦੇ امیر ਪਿਓ ਦਾ ਹੋਰ ਹਠਾਰੂ ਹੁਣ ਰਹੀ ਮਾਂ ਮਾਂ ਦਾ ਕੀ ਸੀ ਫੇਰ ਮਾਂ ਦਾ ਤਾਂ ਫਰਜ਼ ਵੀ ਬਣਦਾ ਸੀ ਮੈਂ ਆਪਣੇ ਆਪ ਨੂੰ ਦਰੀਦ ਦਿੱਤੀ ਤੇ ਬਿਨਾ ਆਪਾਂ ਦਾ ਪੁੱਛੇ ਮੂਰੇ ਜਾ ਖੜਿਆ ਮੇ ਚੱਕਦੇ ਜਿਹੇ ਸ਼ਹਿਰ ਜਾਣ ਦੀ ਗੱਲ ਤੋਰੀ ਤਾਂ ਮਾਂ ਪੈਰੋਂ ਹੀ ਮਾਚੁੱਠੀ ਪਰ ਜਿਉਂ ਹੀ ਉਹਨੇ ਸ਼ੈਲੀ ਦੇ ਮਾਂ ਬਣਨ ਬਾਰੇ ਸੁਣਿਆ ਬਿਨਾ ਕੋਈ ਉਜਾਰ ਕੀਤਾ ਆਪਣੇ ਲੀੜੇ ਦੀ ਨਿੱਕੀ ਜਹੀ ਬੁਸ਼ਕੀ ਚੁੱਕ ਦਰਾਂ ਤੋਂ ਬਾਹਰ ਜਾ ਖੜੀ ਉਤੋਂ ਗੁੱਸੇ ਹੋਈ ਕਿ ਜੇ ਇਹ ਗੱਲ ਸੀ ਤਾਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਫੇਰ ਅੱਖਾਂ ਭਰ ਦੇ ਕੇ ਲੱਗੀ ਨਾਲੇ ਪੁੱਤ ਜਿਸ ਰੁੱਖ ਦਾ ਪਰਿਵਾਰ ਹਰਿਆ ਭਰਿਆ ਉਸ ਦੀ ਜਣਾ ਦਾ ਮੁੱਲ ਹੈ ਫੇਰ ਤੁਹਾਡੇ ਬਿਨਾ ਮੇਰਾ ਪਿੰਡ ਚ ਕੀ ਹੈ ਇੱਕ ਪਲ ਮੈਨੂੰ ਲੱਗਾ ਮਾਂ ਠੀਕ ਕਹਿ ਰਹੀ ਸੀ ਕਿਉਂਕਿ ਉਸ ਦਿਨ ਤੋਂ ਬਾਅਦ ਜਿਸ ਬੇਪਰਵਾਹੀ ਨਾਲ ਮਾਂ ਨੇ ਪਿੰਡ ਵੱਲ ਪਿੱਠ ਕੀਤੀ ਸੀ ਉਹ ਸੱਚਮੁੱਚ ਹੈਰਾਨ ਕਰਨ ਵਾਲੀ ਸੀ ਸ਼ਹਿਰ ਆ ਕੇ ਤਾਂ ਮਾਂ ਨੇ ਸਾਨੂੰ ਹੋਰ ਵੀ ਹੈਰਾਨ ਕਰ ਦਿੱਤਾ ਨਾ ਕੋਈ ਸ਼ਿਕਵਾ ਨਾ ਸ਼ਿਕਾਇਤ ਨਾ ਕੋਈ ਉਜਾਰ ਨਾ ਉਜਰਤ ਪਤਾ ਨਹੀਂ ਕਿਉਂ ਮਾਂ ਦਾ ਇਉਂ ਸਿਰਫ ਸ਼ੈਲੀ ਦੀ ਇੱਛਾ ਲਈ ਬਦਲ ਜਾਣਾ ਮੈਨੂੰ ਬੁਰਾ ਲੱਗਾ ਸ਼ੈਲੀ ਲਈ ਇਹ ਜੇਤੇ ਦੀ ਘੜੀ ਸੀ ਉਹਨੇ ਇਹ ਚਿੱਤ ਜ਼ਾਹਿਰ ਵੀ ਕੀਤੀ ਇੱਕ ਦਿਨ ਕਿਸੇ ਬਾਗਬਾਨੀ ਨਾਲ ਤਰੀ ਤੋਂ ਤਿੰਨ ਚਾਰ ਗਮਲੇ ਖਰੀਦ ਲਿਆਈ ਵਿੱਚ ਬੋਹੜ ਪੀਪਲ ਅਤੇ ਜੰਡ ਉੱਗੇ ਹੋਏ ਹੂਬੂ ਹੂ ਸ਼ਕਲ ਪਰਕਾਰ ਵਿੱਚ ਸਿਰਫ ਦੋ ਤਿੰਨ ਗਿੱਠਾਂ ਉੱਚੇ ਕਹਿ ਲੱਗੀ ਦੇਖਿਆ ਤੂੰ ਕਹਿੰਦਾ ਸੀ ਜੜਾਂ ਹੁੰਦੀਆਂ ਬੰਦੇ ਦੀਆਂ ਜੇ ਬੋਹੜ ਪੀਪਲ ਗਮਲਿਆਂ ਵਿੱਚ ਉੱਗ ਸਕਦੇ ਆ ਤਾਂ ਬੰਦੇ ਦਾ ਕੀ ਐ ਉਹਨੇ ਮੇਰੀ ਮਾਂ ਚੋਂ ਗੱਲ ਕੱਢੀ ਉੱਤਰ ਵਿੱਚ ਬੇਜੜਾ ਕੁੱਤਰ ਕੇ ਬੌਣਾ ਕਰ ਦੇ ਦੀ ਤਕਨੀਕ ਬਾਰੇ ਚੀਕਣਾ ਚਾਹੁੰਦਾ ਸਾਂ ਪਰ ਚੁੱਪ ਰਿਹਾ ਅਤੇ ਸ਼ੈਲੀ ਦੀ ਸਾਰੀ ਉਗਲੀ ਹੋਈ ਜ਼ਾਹਰ ਵਿੱਚ ਵਿੱਚ ਹੀ ਪੀ ਲਈ ਪਰ ਮਾਂ ਨੇ ਤਾਂ ਜਿਵੇਂ ਬਿਨਾ ਕਹੇ ਹੀ ਸਭ ਕੁਝ ਸੁਣ ਲਿਆ ਅਤੇ ਦੇਖਦੇ ਦੇਖਦੇ ਦੁਨੀਆ ਦੀ ਹਰ ਤਕਨੀਕ ਨੂੰ ਹੀ ਮਾਤ ਪਾ ਦਿੱਤੀ ਆਪਣੀਆਂ ਜਣਾ ਆਪ ਹੀ ਕੁੱਤਰ ਕੇ ਉਹਨੇ ਸ਼ੈਲੀ ਦੀ ਹਰ ਹਮਕੀ ਤੁਮ ਕੀ ਜਰਨੀ ਸਖੜੀ ਸ਼ੈਲੀ ਨੂੰ ਪੁੱਛ ਪੁੱਛ ਕਰਦੇ ਉਹਦਾ ਮੂੰਹ ਨਾ ਥੱਕਦਾ ਸਬਜੀ ਭਾਜੀ ਦਾ ਭਾਅ ਤੈਅ ਕਰਨਾ ਤੇ ਸੜਕ ਪਾਰ ਕਰਨ ਤੇ ਬਾਲੀ ਆਮ ਗੱਲ ਹੋ ਗਈ। ਇੱਥੋਂ ਤੱਕ ਕੀ ਕਰਦੇ ਕੰਮਾਂ ਵਿੱਚ ਗੱਲ-ਗੱਲ ਡੁੱਬੀ ਹੋਈ ਹਾਰਾ ਆਏ ਗਏ ਨੂੰ ਨੌਕਰਾਨੀ ਦਸਨ ਵਿੱਚ ਵੀ ਮਾਹਰ ਹੋ ਗਈ ਸੀ। ਮੈਂ ਮਨ ਹੀ ਮਨ ਸ਼ੁਕਰ ਕੀਤਾ ਕਿ ਮਾਂ ਸ਼ਹਿਰ ਵਿੱਚ ਜਣਾ ਲਾ ਰਹੀ ਸੀ। ਮੈਂ ਸੁਖਣਾ ਸੁਖੀ ਸ਼ੈਲੀ ਨੇ ਸੁੱਖ ਦਾ ਸਾਹ ਲਿਆ ਤੇ ਕਿਸੇ ਜਿੱਤ ਦੀ ਖੁਸ਼ੀ ਵਿੱਚ 6ਵੇਂ ਮਹੀਨੇ ਹੀ ਮੰਝਾ ਮੰਨ ਕੇ ਬੈਠ ਗਈ। ਆਖਰ ਮਾਂ ਪਿੰਡ ਲਈ ਕਿੰਨਾ ਕੋ ਤੜਪ ਸਕਦੀ ਸੀ। ਅਸਰ ਦੋਹਾਂ ਨੇ ਸੋਚਿਆ ਪਰ ਇੱਕ ਦਿਨ ਸਭ ਕੁਝ ਤੈਸ਼ ਨੈਸ਼ ਹੋ ਗਿਆ ਗਈ ਰਾਤ 237 ਵਾਲਿਆਂ ਦੇ ਘਰੋਂ ਉੱਚੀ ਲੇਰ ਸੁਣੀ ਮਾਂ ਤਾਂ ਜਿਵੇਂ ਹਵਾ ਵਿੱਚੋਂ ਵੀ ਖੁਸ਼ੀ ਗੁੰਮ ਸੁੰਗਲਦੀ ਸੀ ਫੇਰ ਉਤੋਂ ਰਾਤ ਦਾ ਸਨਾਟਾ ਤੇ ਦਿਲ ਵਿੰਨਵੀ ਲੇਰ ਮਾਂ ਤਾਂ ਆ ਕੇ ਦੂਜੇ ਬਲਾਕ ਵੱਲ ਦੌੜੀ ਮੈਂ ਵੀ ਜਾਣ ਲੱਗਾ ਤਾਂ ਸੈਲੀ ਤਰਲਾਲਾ ਲਿਆ ਕੀ ਕਰਦੇ ਹੋ ਐਵੇਂ ਜਾ ਕੇ ਫਾਕ ਚੁਗੇ ਅੱਗੇ ਗਏ ਤਾਂ ਸੱਥਰ ਵਿਛਿਆ ਪਿਆ ਸੀ ਪਤਾ ਲੱਗਾ ਦੀਨ ਦਿਆਲ ਨਹੀਂ ਸੀ ਰਿਹਾ ਹਾਏ ਬੇਬੀਰਾ ਉਹ ਤਾਂ ਬਾਲਾ ਚੰਗਾ ਸੀ ਮਾਂ ਦੇ ਕਾਲ ਦੇ ਜਿਵੇਂ ਡੁੱਗੀ ਪੀੜ ਹੋਈ ਮੈਨੂੰ ਯਾਦ ਆਇਆ ਦੀਨदयाल ਵੀ ਆਪਣੇ ਬੱਚਿਆਂ ਲਈ ਪਿੰਡੋਂ ਸ਼ਹਿਰ ਆਇਆ ਹੋਇਆ ਸੀ ਸਬਜ਼ੀ ਭਾਜੀ ਖਰੀਦਦੇ ਬੱਚੇ ਖੜਾਉਂਦੇ ਜਾਂ ਕੁੱਤੇ ਨੂੰ ਫੇਰੀ ਲਵਾਉਂਦੇ ਮਾਂ ਨੂੰ ਮਿਲਦਾ ਤੇ ਦੁੱਖ ਸੁੱਖ ਫੋਲਦਾ ਉਹਨੂੰ ਸਭ ਤੋਂ ਵੱਡਾ ਚੋਰਾ ਸੀ ਕਿ ਉਹਦੇ ਦੋਹਾਂ ਪੁੱਤਾਂ ਨੇ ਜਿਉਂਦੇ ਜੀ ਘਰਬਾਰ ਹੀ ਵੰਡਲੇ ਸੀ ਅਤੇ ਇੱਕ ਨੇ ਮਾਂ ਦੂਜੇ ਨੇ ਪਿਓ ਲੈ ਲਿਆ ਦੋਵੇਂ ਪੁੱਤ ਵੱਖੋ ਵੱਖ ਸ਼ਹਿਰਾਂ ਵਿੱਚ ਸਨ ਪਰ ਵਿਚਾਰਾ ਦੀਨदयाल ਸ਼ਹਿਰ ਵਿੱਚ ਜਾਣਾ ਫੜਨ ਤੋਂ ਪਹਿਲਾਂ ਹੀ ਤੁਰਦਾ ਬਣਿਆ ਇੱਕ ਪਲ ਮੈਂ ਮਾਂ ਬਾਰੇ ਸੋਚਿਆ ਅੰਦਰੇ-ਅੰਦਰ ਕੰਬ ਗਿਆ ਮਾਂ ਰੋਣ ਵਰਗੇ ਬੋਲਾਂ ਨਾਲ ਅਫਸੋਸ ਕਰਨ ਲੱਗੀ ਤਾਂ ਕਿਸੇ ਟੋਕਿਆ ਬੱਸ ਮਾਂ ਜੀ ਰੋਣਾ ਨਹੀਂ ਮਾਂ ਚੁੱਪ ਕਰ ਗਈ ਪਤਾ ਲੱਗਿਆ ਘਰ ਵਿੱਚ ਬੱਚਿਆਂ ਦੇ ਪੇਪਰਾਂ ਦੀ ਤਿਆਰੀ ਚੱਲ ਰਹੀ ਸੀ ਮਾਂ ਇੱਕ ਕੋਨੇ ਵਿੱਚ ਮੂੰਹ ਦੇ ਕੇ ਿਸਕਿਆਂ ਭਰਦੀ ਰੋਣ ਲੱਗੀ ਮਾਂ ਨੂੰ ਦੇਖ ਇੱਕ ਦੋ ਆਈਆਂ ਗੁਆਂਢਣਾ ਵੀ ਰੋਣ ਲੱਗੀਆਂ ਦੇਖੋ ਜੀ ਜੇ ਇੱਥੇ ਰੋਂ ਧੋਣ ਦਾ ਹੀ ਪ੍ਰੋਗਰਾਮ ਚੱਲਣਾ ਏ ਤਾਂ ਮੈਂ ਬੱਚੇ ਕਿਸੇ ਹੋਰ ਘਰ ਭੇਜ ਦਿੰਨਾ ਦੀਨਦਿਆਲ ਦਾ ਪੁੱਤ ਸਾਖਤੀ ਨਾਲ ਬੋਲਿਆ ਮਾਂ ਇੱਕਦਮ ਚੁੱਪ ਕਰ ਗਈ ਚਲੋ ਭਾਈ ਮਰਨਾ ਕਿਨੇ ਨਹੀਂ ਜੱਗ ਚੱਲਦੀ ਸਰਾਂ ਏ ਪਰ ਇਸ ਪਰਿਵਾਰ ਨਾਲ ਤਾਂ ਬੁਰੀ ਹੋਈ ਤੁਸੀਂ ਸੋਚੋ ਪਿੰਡੋਂ ਬਜ਼ੁਰਗ ਨੂੰ ਇਸ ਲਈ ਲੈ ਕੇ ਆਂਦਾ ਕਿ ਦੋਵੇਂ ਨੂੰ ਪੁੱਤ ਨੌਕਰੀ ਤੇ ਸਨ ਚਲੋ ਬਜ਼ੁਰਗ ਬੱਚੇ ਸੰਭਲੂ ਪਰ ਆਉਂਦੇ ਹੀ ਬਿਮਾਰ ਪੈ ਗਿਆ ਸੁੱਖ ਦੀ ਥਾਂ ਖਰਚਾ ਵੱਧ ਗਿਆ ਬਈ ਕੁੱਛ ਕਹੋ ਟੱਬਰ ਨੇ ਬਜ਼ੁਰਗ ਬਦਲੇ ਔਖਬੜੀ ਚੱਲੀ ਕਿਸੇ ਕਿਹਾ ਔਖ ਤਾਂ ਪੇਚਲਣੀ ਹੋਈ ਤੁਸੀਂ ਸੋਚੋ ਇੱਕ ਸ਼ਹਿਰਦਾਰੀ ਬੱਚਿਆਂ ਦੀਆਂ ਮਹਿੰਗੀਆਂ ਪੜਾਈਆਂ ਤੇ ਉਤੋਂ ਬਿਰਦ ਬੰਦੇ ਦੀ ਬਿਮਾਰੀ ਬਿਮਾਰੀ ਤਾਂ ਭਾਈ ਸਾਹਿਬ ਉਹਨਾ ਆਪ ਲਾਈ ਦੀਨਦਿਆਲ ਦੇ ਪੁੱਤਰ ਨੇ ਕਿਹਾ ਹਰ ਵੇਲੇ ਸ਼ਿਕਾਇਤ ਇੱਥੇ ਗੰਦ ਬਹੁਤ ਹੈ ਰਿਸ਼ਵਤ ਹੈ ਸ਼ੋਰ ਹੈ ਅਖੇ ਕਰ ਚ ਕਿਉਂ ਹਗਦੇ ਹੁਣ ਦੱਸੋ ਉਹਦੇ ਲਈ ਸ਼ਹਿਰ ਕਰ ਸੜਕਾਂ ਨਵੀਆਂ ਬਣ ਜਾਂਦੀਆਂ ਕੁਝ ਵੀ ਸੀ ਭਲੇ ਪੁਰਸ਼ ਸਨ ਵਿਚਾਰੇ ਨਾ ਚੰਗੀ ਨਾ ਮੰਦੀ ਜੋ ਮਿਲਿਆ ਪਾਲਿਆ ਜੋ ਦਿੱਤਾ ਖਾਲਿਆ ਕਿਸੇ ਹੋਰ ਕਿਆ ਮਾਂ ਨੂੰ ਉਸ ਬੰਦੇ ਦੀ ਗੱਲ ਸ਼ਾਇਦ ਚੰਗੀ ਲੱਗੀ ਉਹ ਉਸ ਵਾਲੋ ਚੇਚੇ ਨਾਲ ਚੱਕੀ ਅਚਾਨਕ ਚੁੱਪ ਜਿਵੇਂ ਬੋਝਲ ਜਾਪਨ ਲਗੀ ਸਾਹ ਘੁੱਟਣ ਲੱਗਾ ਮੇਰੇ ਉੱਠਣ ਤੋਂ ਪਹਿਲਾਂ ਜਦੋਂ ਆਏ ਗਵਾਂਢੀ ਸਵੇਰੇ ਸੰਸਕਾਰ ਦਾ ਟਾਈਮ ਪੁੱਛ ਕੇ ਚਲੇ ਗਏ ਤਾਂ ਮੈਂ ਵੀ ਜਾਣ ਲਈ ਮਾਂ ਦਾ ਮੁੱਢਾ ਛੂਹਿਆ ਮੈਨੂੰ ਲੱਗਾ ਮਾਂ ਹੁਣੇ ਮੇਰਾ ਹੱਥ ਛੱਡ ਕੇ ਕਹੇਗੀ ਹੈ ਕਮਲਾ ਇਕਵੇਂ ਮੂਈ ਮਿੱਟੀ ਨੂੰ ਛੱਡ ਕੇ ਘਰੇ ਜਾ ਪਵਾਂ ਪਰ ਮੈਂ ਹੈਰਾਨ ਰਹਿ ਗਿਆ ਜਦੋਂ ਮਾਂ ਬਿਨਾਂ ਕੁਝ ਬੋਲੇ ਪੌੜੀਆਂ ਉਤਰ ਗਈ ਸਵੇਰੇ ਜਦੋਂ ਦੂਜੇ ਬਲਾਕ ਦੇ ਵਿੜੇ ਵਿੱਚ ਮੁਰਦਾ ਗੱਡੀ ਆ ਖੜੀ ਤਾਂ ਮੈਂ ਬਾਹਰ ਸਾਡੇ ਗੁਆਂਢ ਵਿੱਚ ਰਿੰਦੀ ਬੰਗਾਲਣ ਮੈਸੇਜ ਬਾਸੂ ਬੋਲਦੀਆਂ ਸੁਣੀਆਂ ਉਹ ਮਾਂ ਨੂੰ ਸ਼ਹਿਰ ਵਿੱਚ ਲੱਗੀ ਮੁਰਦਾ ਫੂਕਣ ਵਾਲੀ ਬਿਜਲੀ ਪੱਟੀ ਬਾਰੇ ਦੱਸ ਰਹੀ ਸੀ ਮਾਂ ਜੀ ਕੇਵਲ 20 ਮਿੰਟ ਔਰ ਬੂਣ ਦਾ ਪੈਕਟ ਆ ਕੇ ਹੱਥ 'ਤੇ ਪਾਣੀ ਮੇ ਫੋਕੋ ਫੇਕੋ ਔਰ ਛੁੱਟੀ ਕੋਈ ਆਗ ਤੂਫਾਨ ਤੂ ਕਾ ਜੰਝਟ ਨਹੀਂ ਸੁਣਦੇ ਮੇਰੇ ਖਾਨੇ ਹੋ ਗਈ ਮੈਨੂੰ ਲੱਗਾ ਮਾਂ ਹੁਣੇ ਪੁੱਛੇਗੀ ਪੁੱਤ ਜੇ ਬੰਦੇ ਦਾ ਸਿਵਾ ਹੀ ਨਹੀਂ ਬਲਣ ਤਾਂ ਸੀੜੀ ਦੀ ਪ੍ਰਕਰਮਾ ਕੌਣ ਕਰੂ ਅਗਣੀ ਕੌਣ ਦਿਖਾਊ ਗਤੀ ਕਿਵੇਂ ਹੋਊ ਬੰਦੇ ਦੀ ਪਰ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮਾਂ ਕੁਝ ਵੀ ਨਾ ਬੋਲੀ ਅਤੇ ਚੁੱਪਚਾਪ ਲਾਸ਼ ਦੀ ਗੱਡੀ ਵਿੱਚ ਲਾਦੀ ਦੇ ਉੱਪਰਲੀ ਮੰਜ਼ਿਲ ਤੋਂ ਹੀ ਵੇਖਦੀ ਰਹੀ ਜਾਂ ਫਿਰ ਚਾਰ ਪੰਜ ਬੰਦਿਆਂ ਨੂੰ ਮਰਦਾ ਗੱਡੀ ਨਾਲ ਜਾਂਦੇ ਦੇਖਦੀ ਰਹੀ ਨਾ ਉਹ ਸਾਫ਼ ਸਵੇਰ ਤੱਕ ਜਾਂਦੀ ਜਿੰਦਗੀ ਤੀ ਨਾ ਮੈਨੂੰ ਜਾਣ ਲਈ ਕਿਹਾ ਉਸ ਦਿਨ ਤੋਂ ਬਾਅਦ ਮਾਂ ਬਿਲਕੁਲ ਚੁੱਪ ਹੋ ਗਈ ਇੱਕ ਦਿਨ ਅਚਾਨਕ ਕਹਿਣ ਲੱਗੀ ਪੁੱਤ ਭਲਾਂ ਅਣਜਾਣਾਂ ਕਿੱਥੇ ਹੁੰਦੀਆਂ ਬੰਦੇ ਦੀਆਂ ਉੱਤਰ ਵਿੱਚ ਮੈਂ ਨੀਵੀ ਪਾ ਲਈ ਉਸ ਦਿਨ ਤੋਂ ਬਾਅਦ ਸਾਡੇ ਲਈ ਮਾਂ ਦੀ ਚੁੱਪ ਸਹਿ ਹੋ ਗਈ ਅਸੀਂ ਮਾਂ ਦੀ ਹਰ ਗੱਲ ਵਿੱਚੋਂ ਚੋਬ ਮਹਿਸੂਸ ਕਰਦੇ मां ਹਰ ਗੱਲ ਨੂੰ ਦੀਨਦਿਆਲ ਦੀ ਮੌਤ ਵਿੱਚੋਂ ਦੇਖਣ ਲੱਗ ਪਈ ਤਾਂ ਅਸੀਂ ਚਾਹਿਆ मां ਜਿਨੀ ਛੇਤੀ ਹੋ ਸਕਦਾ ਪਿੰਡ ਚਲੀ ਜਾਵੇ ਪਰ ਹੁਣ ਜਦੋਂ ਕਿ ਮੈਂ मां ਨੂੰ ਲੈ ਕੇ ਪਿੰਡ ਪਰਤ ਰਿਹਾ ਹਾਂ ਤਾਂ ਸੋਚਦਾ ਹਾਂ ਕੁਝ ਵੀ ਸੀ मां ਨੂੰ ਛੇਲੀ ਦੀ ਇਸ ਹਾਲਤ ਵਿੱਚ ਪਿੰਡ ਨਹੀਂ ਸੀ ਪਰਤਣਾ ਚਾਹੀਦਾ ਜਿਉਂ ਹੀ ਅਸੀਂ ਪਿੰਡ ਦੀ ਜੂ ਵਿੱਚ ਦਾਖਲ ਹੋਏ मां ਇੱਕਦਮ ਚੀਕ ਉੱਠੀ ਨਿਆਈ ਵਿੱਚ ਨਰਮਾ ਚੌਧਰੀਆਂ ਤੀਵੀਆਂ ਉੱਠ ਕੇ ਜਿਵੇਂ मां ਦੇ ਗਲ ਨਾਲ ਚਿੰਬੜ ਗਈਆਂ ਪਿੰਡ ਦੀ ਗਲੀ ਵਿੱਚ ਵੜਦਿਆਂ ਤਾਂ ਹੱਦ ਹੀ ਹੋ ਗਈ ਜਿਸ ਜਿਸ ਨੇ ਵੀ ਮਾਂ ਦੇ ਪਿੰਡ ਆਉਣ ਬਾਰੇ ਸੁਣਿਆ ਉਹ ਮਾਂ ਦੇ ਦੁਆਲੇ ਚੁਰਮਟ ਵਾਂਗ ਜੁੜ ਗਿਆ ਮੈਨੂੰ ਲੱਗਾ ਮਾਂ ਜਿਵੇਂ ਵਿਸਰਹੀ ਗਈ ਸੀ ਕਿ ਮੈਂ ਵੀ ਉਹਦੇ ਨਾਲ ਤਾਂ ਮੈਂ ਇੱਕ ਦੋ ਵਾਰ ਆਪਣੀ ਹੋਣ ਦਾ ਅਹਿਸਾਸ ਕਰਾਉਣ ਦਾ ਯਤਨ ਵੀ ਕੀਤਾ ਪਰ ਸਭ ਵਿਅਰਥ ਹਰ ਕੋਈ ਕਿਵੇਂ ਐ ਆਸਰਾ ਕਹਿ ਕੇ ਪਾਸਾ ਵਟ ਗਿਆ ਮੈਨੂੰ ਯਾਦ ਆਇਆ ਜਦੋਂ ਤੋਂ ਮੈਂ ਸ਼ਹਿਰ ਆਉਣ ਲੱਗਾ ਸਾਂ ਮੇਰੇ ਨਾਲ ਇੰਜ ਹੀ ਹੁੰਦਾ ਸੀ ਮੈਂ ਇੱਕ ਨਜ਼ਰ ਮਾਂ ਨੂੰ ਤੀਵੀਆਂ ਵਿੱਚ ਚੈੱਕਦਿਆਂ ਦੇਖਿਆ ਤੇ ਸੋਚਿਆ ਇਹ ਮਾਂ ਤਾਂ ਉਹ ਮਾਂ ਹੀ ਨਹੀਂ ਸੀ ਜਿਸ ਨੂੰ ਮੈਂ ਸ਼ਹਿਰੋਂ ਲੈ ਕੇ ਪਰਤੇ ਸਾਂ ਇਹ ਮਾਂ ਤਾਂ ਸ਼ਹਿਰ ਗਈ ਹੀ ਨਹੀਂ ਸੀ ਅਚਾਨਕ ਮੈਨੂੰ ਕਿਧਰੇ ਪੜਿਆ ਯਾਦ ਆਇਆ ਬੰਦਿਆ ਤੇਰੀਆਂ ਦੱਸ ਦੇਈਆਂ ਪਰ ਅਗਲੇ ਹੀ ਪਲ ਮੈਂ ਇਹ ਖਿਆਲ ਛੱਡ ਕੇ ਦਿੱਤਾ ਤੇ ਸੋਚਿਆ ਇਹ ਤਸਵੀਰ ਵੀ ਠੀਕ ਨਹੀਂ ਸੀ ਕੀ ਪਤਾ ਜੜਾਂ ਖੱਗੇ ਜਾਣ ਦੀ ਕੋਈ ਉਮਰ ਹੋਵੇ ਸ਼ਾਇਦ ਇਸੇ ਲਈ ਮਾਂ ਸ਼ਹਿਰ ਜੜਾ ਨਹੀਂ ਸੀ ਲਾ ਸਕੀ ਪਰ ਪਤਾ ਨਹੀਂ ਕਿਉਂ ਮੈਂ ਇਹ ਖਿਆਲ ਵੀ ਚਟਕਾ ਦਿੱਤਾ ਤੇ ਬੜੇ ਦੁਖੀ ਮਨ ਨਾਲ ਸੋਚਣ ਲੱਗਾ ਕਿ ਆਖਰ ਮੈਂ ਕਿਹੜੇ ਲੋਕਾਂ ਵਿੱਚੋਂ ਆ ਜਿਨ੍ਹਾਂ ਨੂੰ ਸ਼ਹਿਰ ਦੀ ਮਿੱਟੀ ਕਦੇ ਰਾਸ ਨਹੀਂ ਸੀ ਆਈ ਅਤੇ ਪਿੰਡ ਦੀ ਮਿੱਟੀ ਵਿੱਚ ਜਣਾਂ ਲਈ ਕੋਈ ਥਾਂ ਨਹੀਂ ਸੀ ਪਰ ਇਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਸੋਚਦਾ ਮੈਨੂੰ ਲੱਗਾ ਮੇਰੀਆਂ ਤਾਂ ਜਿਵੇਂ ਜੜਾਂ ਹੀ ਨਹੀਂ ਸਨ ਤਾਂ